ਆਪਾ ਆਪਣੇ ਵੱਡੇ ਵਡੇਰਿਆਂ ਦੇ ਮੂੰਹੋਂ ਇੱਕ ਗੱਲ ਸੁਣੀਏ ਵੀ ਜਿਸ ਘਰ ਦੇ ਵਿੱਚ ਸੁਚਮ ਤੇ ਸਾਫ ਸਫਾਈ ਹੁੰਦੀ ਹੈ ਉਨਹੀਂ ਹੀ ਘਰ ਦੇ ਵਿੱਚ ਬਰਕਤ ਆਉਂਦੀ ਹੈ ਪਰ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਵੀ ਐਨਾ ਥਾਵਾਂ ਤੇ ਆਪਾਂ ਨੂੰ ਕਦੇ ਵੀ ਬੁੱਕ ਕਰਨੀ ਫੇਰ ਨਹੀਂ ਚਾਹੀਦੀ ਇਹ ਥਾਵਾਂ ਤੇ ਫੇਰੀ ਬੁੱਕ ਕਰ ਆਪਣੇ ਘਰ ਦੀ ਬਰਕਤ ਤੇ ਵੀ ਬੁੱਕ ਕਰ ਫੇਰ ਦਵੇਗੀ ਆਪਾਂ ਵੇਖਿਆ ਵੀ ਆਪਣੇ ਵੱਡੇ ਵਡੇਰੇ ਹਮੇਸ਼ਾ ਆਪਾਂ ਨੂੰ ਅੰਮ੍ਰਿਤ ਵੇਲੇ ਨੂੰ ਘਰ ਸਾਫ਼ ਕਰਨ ਨੂੰ ਕਹਿੰਦੇ ਸਨ ਵੀ ਸੂਰਜ ਦਾ ਚਾਨਣ ਦੇ ਨਾਲ ਹੀ ਘਰ ਸਾਫ਼ ਹੋਵੇ ਤੇ ਬਰਕਦਾ ਦਾ ਚਾਨਣ ਆਪਣੇ ਘਰ ਆ ਜਾਵੇ ਪਰ ਸੰਧਿਆ ਸਮੇਂ ਲਾਇਆ ਘਰ ਵਿੱਚ ਝਾੜੂ ਲਾਈ ਬੋਕਰ ਘਰ ਵਿੱਚ ਦਲੇਦਰ ਤੇ ਗਰੀਬੀ ਦਾ ਕਾਰਨ ਬਣਦੇ ਇਹ ਕਿਉਂ ਕਿਹਾ ਜਾਂਦਾ ਸੀ ਜਿਸ ਤੇ ਅੱਜ ਆਪਾਂ ਚਰਚਾ ਕਰਾਂਗੇ ਪਰ ਉਹ ਦੋ ਥਾਵਾਂ ਕਿਹੜੀਆਂ ਨੇ ਜਿੱਥੇ ਕਦੇ ਵੀ ਆਪਾਂ ਨੂੰ ਬੋਕਰ ਨਹੀਂ ਫੇਰਨੀ ਚਾਹੀਦੀ ਜੋ ਘਰ ਦੀ ਬਰਕਤ ਨੂੰ ਖਾ ਜਾਂਦੇ ਨੇ ਆਪਾਂ ਨਾ ਆਪਣੇ ਵੱਡੇ-ਵਡੇਰੇ ਤੋਂ ਸੁਣਦੇ ਕਿ ਆਪਾਂ ਨੂੰ ਨਾ ਤਾਂ ਆਪਣੇ ਬਿਸਤਰੇ ਤੇ ਤੇ ਨਾ ਹੀ ਰਸੋਈ ਦੀ ਪਰਛਾਤੀ ਤੇ ਝਾੜੂ ਲਗਾਉਣਾ ਚਾਹੀਦਾ ਰੋਟੀ ਬਣਾਉਣ ਵਾਲਾ ਪਾਸਾ ਆਟੇ ਵਾਲੀ ਮੱਟੀ ਤੇ ਪਾਂਡਿਆਂ ਵਾਲੇ ਥਾਂ ਕਦੇ ਵੀ ਝਾੜੂ ਨਹੀਂ ਲਉਣਾ ਚਾਹੀਦਾ ਇਹ ਆਪਣੇ ਵੱਲੋਂ ਕੀਤੀ ਬਹੁਤ ਵੱਡੀ ਗਲਤੀ ਜਾਂ ਕਹਿ ਲੋ ਭੁੱਲ ਹੁੰਦੀ ਹੈ ਆਪਾਂ ਝਾੜੂ ਘਰ ਦੇ ਸਭ ਹਿੱਸੇ ਵਿੱਚ ਲਾਉਨੇ ਆਂ ਕੁਝ ਹਿੱਸਾ ਚੰਗਾ ਵੀ ਹੁੰਦਾ ਹੈ ਕੁਝ ਮੰਦਾ ਵੀ ਹੁੰਦਾ ਜਦੋਂ ਝਾੜੂ ਉੱਥੇ ਲਾਉਨੇ ਆਂ ਤਾਂ ਬਰਕਤ ਆਉਣ ਦੇ ਰਾਹ ਉਹ ਰੋਕ ਦਿੰਦੀ ਇਸ ਲਈ ਬਿਸਤਰਾ ਹੋਤੀ ਭਾਵੇਂ ਆਟੇ ਵਾਲੀ ਮਿੱਟੀ ਹੋਵੇ ਸਾਰੀਆਂ ਚੀਜ਼ਾਂ ਨੂੰ ਕੱਪੜੇ ਦੇ ਨਾਲ ਹੀ ਸਾਫ਼ ਕਰੋ ਇਸ ਪਿੱਛੇ ਵਿਗਿਆਨ ਦਾ ਵੀ ਤਰਕ ਹੈ ਕਿ ਝਾੜੂ ਆਪਾਂ ਥਾਂ ਥਾਂ ਤੇ ਲਾਉਨੇ ਉਹ ਗੰਦੇ ਮੰਦੇ ਥਾਵਾਂ ਤੇ ਵੀ ਲੱਗਦੇ ਤੇ ਕਈ ਤਰ੍ਹਾਂ ਦੇ ਕੀਟਾਣੂ ਨਾਲ ਲੱਗ ਜਾਂਦੇ ਨੇ ਜਦੋਂ ਰਸੋਈ ਵਿੱਚ ਫੇਰਦੇ ਆ ਤੇ ਇਹ ਉੱਥੇ ਹੀ ਰਹਿ ਜਾਂਦੇ ਨੇ ਜੋ ਭਾਂਡਿਆਂ ਰਾਹੀਂ ਰੋਟੀ ਰਾਹੀਂ ਸਾਡੇ ਅੰਦਰ ਆ ਜਾਂਦੇ ਤੇ ਸਰੀਰ ਨੂੰ ਰੋਗੀ ਬਣਾ ਕੇ ਰੱਖ ਦਿੰਦੇ ਤੇ ਰੋਗੀ ਘਰ ਵਿੱਚ ਫਿਰ ਦਲਿੱਦਰ ਲੈ ਆਉਂਦੇ ਨੇ ਦੂਜੀ ਥਾਂ ਜਿੱਥੇ ਆਪਾਂ ਸਾਰਾ ਪਰਿਵਾਰ ਬੈਠ ਕੇ ਨਾਮ ਜਪਦੇ ਇੱਥੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਉਥੇ ਜੇਕਰ ਬੋਕਰ ਲਗਾਉਣੀ ਹੈ ਤਾਂ ਵੋਖਰੀ ਲਗਾਉਣੀ ਚਾਹੀਦੀ ਹੈ ਜੋ ਸਿਰਫ ਉਸ ਕਮਰੇ ਵਿੱਚ ਹੀ ਲੱਗੇ ਤੇ ਸੁਚਮ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਜੇਕਰ ਇਹ ਥਾਂ ਕਪੜੇ ਨਾਲ ਸਾਫ਼ ਕਰੋਗੇ ਤਾਂ ਘਰ ਸੁਚਮ ਵੀ ਆਵੇਗੀ ਤੇ ਹਰ ਪੱਖ ਤੋਂ ਸੰਪੰਨਤਾ ਵੀ ਵਾਸ ਕਰੇਗੀ ਆਪਾਂ ਆਪਣੇ ਵੱਡੇ-ਵਡੇਰਿਆਂ ਤੋਂ ਸੁਣਦੇ ਹਾਂ ਰਾਤ ਸਮੇਂ ਘਰ ਦੁਕਾਨ ਕਿਤੇ ਵੀ ਝਾੜੂ ਨਹੀਂ ਲਾਉਣਾ ਚਾਹੀਦਾ ਉਸ ਘਰ ਬਰਕਤ ਨਹੀਂ ਆਉਂਦੀ ਆਪਾਂ ਬਹੁਤ ਸਾਰੇ ਐਵੇਂ ਦੇ ਕੰਮ ਕਰਦੇ ਜਿਸ ਕਾਰਨ ਫਿਰ ਘਰ ਪਰ ਕਟਨੀ ਆਉਂਦੀ ਤੇ ਇਹੀ ਪਰੇਸ਼ਾਨੀਆਂ ਦਾ ਕਾਰਨ ਬਣ ਜਾਂਦਾ ਹੈ ਦਲੀਦਰ ਦਾ ਕਾਰਨ ਵੀ ਫਿਰ ਇਹੀ ਬਣਦਾ ਹੈ ਮਨੁੱਖ ਦਿਨ ਰਾਤ ਇੱਕ ਕਰਕੇ ਪੈਸਾ ਕਮਾਉਂਦਾ ਪਰ ਉਹ ਪਾਣੀ ਬਣ ਕੇ ਘਰੋਂ ਨਿਕਲ ਜਾਂਦਾ ਤੇ ਪਤਾ ਹੀ ਨਹੀਂ ਲੱਗਦਾ ਬੇਸਾਬ ਗਿਆ ਕਿਥੇ ਫਿਰ ਐਵੇਂ ਜਾਂਦਾ ਹੈ ਕਿ ਵਾਈਗਰੂ ਜੀ ਸਾਡੇ ਤੋਂ ਦੂਰ ਹੋ ਕੇ ਨੇ ਆਪਾਂ ਕੁਝ ਕੰਮ ਗਲਤ ਕਰ ਬੈਠਦੇ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਜਾਂ ਕਹਿ ਲਈ ਜਾਣਿਆਂ ਜਾਣੇ ਕਰ ਬੈਠਦੇ ਆ ਤੇ ਉਹਦਾ ਨਤੀਜਾ ਆਪਾਂ ਨੂੰ ਪਤਾ ਨਹੀਂ ਹੁੰਦਾ ਜਿਵੇਂ ਆਪਾਂ ਸਭ ਨੂੰ ਸਿਰ ਟਾ ਕੇ ਪ੍ਰਸ਼ਾਦਾ ਬਣਾਉਣਾ ਚਾਹੀਦਾ ਸਿਰ ਟਾ ਕੇ ਹੀ ਪ੍ਰਸ਼ਾਦਾ ਖਾਣਾ ਚਾਹੀਦਾ ਇਸ ਤਰ੍ਹਾਂ ਪ੍ਰਸ਼ਾਦਾ ਦੇ ਵਿੱਚ ਹਮੇਸ਼ਾ ਸੰਤੋਖ ਤੇ ਬਰਕਤ ਵਾਸ ਕਰਦੀ ਝੂਠੇ ਪਾਡੇ ਰੱਖ ਦੇਣਾ ਮੈਲੇ ਕੱਪੜੇ ਰੱਖ ਦੇਣਾ ਇਵੇਂ ਨਾਕਰਾਤਮਕਤਾ ਨੂੰਵਾਚਾ ਮਾਰਨ ਦੇ ਬਰਾਬਰ ਹੁੰਦਾ ਜੋ ਵੀ ਰ ਮਨੁੱਖ ਆਪਣੇ ਕਰਮਾ ਕਰਕੇ ਭੋਗ ਰਿਹਾ ਬੋਕਰ ਵੇਖਣ ਵਿੱਚ ਤਾਂ ਬੜੀ ਛੋਟੀ ਚੀਜ਼ ਲੱਗਦੀ ਪਰ ਕਈ ਵਾਰ ਇਸ ਨਾਲ ਕੀਤੀ ਗਲਤੀ ਬੜੀ ਪਾਰੀ ਪੈ ਜਾਂਦੀ ਆਪਾਂ ਨੂੰ ਬੋਕਰ ਨਾਲ ਸੰਬੰਧੀ ਇਹ ਗੱਲਾਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਨਹੀਂ ਤਾਂ ਇਹ ਆਪਣੇ ਵਾਂਗ ਆਪਾਂ ਨੂੰ ਹੀ ਛਾੜ ਕੇ ਰੱਖ ਦੇਵੇਗੀ ਜਿਵੇਂ ਜਦੋਂ ਵੀ ਛਾੜੂ ਫੇਰੋ ਹਮੇਸ਼ਾ ਸਿਰ ਟਾਕੇ ਹੀ ਬੋਕਰ ਫੇਰੋ ਤੇ ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਬੋਕਰ ਨਾ ਫੇਰੋ ਸਿਆਣੇ ਕਿਹਾ ਕਰਦੇ ਸੀ ਇਦਾਂ ਲਿੱਦਰ ਦੀ ਨਿਸ਼ਾਨੀ ਜਦੋਂ ਆਪਾਂ ਬੋਕਰ ਫੇਰਦੇ ਹਾਂ ਨਾਲ ਕੂੜਾ ਤੇ ਕਈ ਕੁਝ ਨਾਲ ਲੱਗਾ ਹੁੰਦਾ ਜਿੱਥੇ ਪ੍ਰਸ਼ਾਦਾ ਬੰਦ ਹੈ ਉਥੇ ਕਦੇ ਵੀ ਨਾ ਰੱਖੋ ਕਦੇ ਵੀ ਭੁੱਲ ਕੇ ਇਹਨੂੰ ਰਸੋਈ ਸਾਹਮਣੇ ਨਾ ਰੱਖੋ ਇਹ ਰੋਕਾਂ ਦੀ ਨਿਸ਼ਾਨੀ ਹੈ ਤੇ ਘਰ ਦੇ ਵਿੱਚ ਛਾੜੋ ਹਮੇਸ਼ਾ ਤੋਂ 7 ਵਜੇ ਦੇ ਵਿੱਚ ਹੀ ਲਗਾ ਲੈਣਾ ਚਾਹੀਦਾ ਆਪਣੇ ਵੱਡੇ-ਵਡੇਰੇ ਦਿਨ ਚੜਨ ਤੋਂ ਪਹਿਲਾਂ ਝਾੜੂ ਲਗਾਇਆ ਕਰਦੇ ਸੀ ਕਹਿੰਦੇ ਮੂੰਹ ਹਨੇਰੇ ਲਾ ਲੋ ਤੇ ਜਦੋਂ ਵੀ ਝਾੜੂ ਲਗਾਉਣ ਨਾਲ ਉਹ ਵਾਹਿਗੁਰੂ ਵਾਹਿਗੁਰੂ ਉਹ ਜ਼ਰੂਰ ਕਰਿਆ ਕਰਦੇ ਸੀ ਕਿਉਂਕਿ ਅੰਮ੍ਰਿਤ ਵੇਲਾ ਹੁੰਦਾ ਸੀ ਬੀਬੀਆਂ ਨਾਲ ਪਰਮਾਤਮਾ ਨੂੰ ਯਾਦ ਕਰਿਆ ਕਰਦੀਆਂ ਸਨ ਇਸ ਤਰ੍ਹਾਂ ਘਰ ਬਰਕਤ ਵਾਸ ਕਰਦੀ ਸੀ ਘਰ ਦੇ ਕੋਨੇ-ਕੋਨੇ ਵਿੱਚ ਪਰਮਾਤਮਾ ਦੇ ਨਾਮ ਦਾ ਪਸਾਰਾ ਹੁੰਦਾ ਸੀ ਜੋ ਵੀ ਕੂੜਾ ਉਹ ਇਕੱਠਾ ਕਰਦੇ ਨਾਲ ਦੇ ਨਾਲ ਰੂੜੀ ਤੇ ਸਿੱਟ ਦਿਆ ਕਰਦੇ ਭਾਵ ਜੋ ਵੀ ਕਰਦਾ ਦਲਿੱਤਰ ਸੀ ਉਹ ਤਾਂ ਬਾਹਰ ਚੁੱਕ ਕੇ ਸਟਾਈ ਕਦੇ ਵੀ ਕੂੜਾ ਇਕੱਠਾ ਕਰ ਘਰ ਵਿੱਚ ਉਹਨੂੰ ਢੇਰ ਲਾ ਕੇ ਭੋਲਣਾ ਜਾ ਇਹ ਸਭ ਤੋਂ ਵੱਡੀ ਘਰ ਦੇ ਵਿੱਚ ਦਲਿੱਤਰ ਦੀ ਨਿਸ਼ਾਨੀ ਹੈ ਜੋ ਐਵੇਂ ਕਰਦਾ ਉਸ ਘਰ ਕਦੇ ਵੀ ਸੁੱਖ ਦਾ ਵਾਸ ਨਹੀਂ ਹੁੰਦਾ ਹਮੇਸ਼ਾ ਝਾੜੂ ਲਾਉਂਦੇ ਦੇਖੋ ਕਿ ਘਰ ਕਿਤੇ ਜਾਲੇ ਤਾਂ ਨਹੀਂ ਲੱਗੇ ਅਕਸਰ ਮਕੜੀ ਕਈ ਵਾਰ ਛੋਟੇ-ਛੋਟੇ ਜਾਲੇ ਲਾ ਦਿੰਦੀ ਹੈ ਕਿਉਂਕਿ ਕਿਹਾ ਜਾਂਦਾ ਹੈ ਜਾਲੇ ਨਾ ਇਸ ਗਲ ਦੇ ਪ੍ਰਤੀਕ ਹੁੰਦੇ ਨੇ ਪੀਚੌਂਦੇ ਨੇ ਕੋਈ ਬਿਮਾਰ ਹੋਵੇ ਮੰਜੇ ਤੇ ਪਵੇ ਤੇ ਮਿੰਨੋ ਤੱਕੇ ਝਾੜੂ ਲਾਉਣ ਸਮੇ ਇਹਨਾਂ ਨੂੰ ਨਾਲ ਹੀ ਸਾਫ਼ ਕਰੋ ਆਪਣੇ ਘਰ ਦੇ ਕਈ ਘਰ ਐਵੇਂ ਦੇ ਹੁੰਦੇ ਨਹੀਂ ਜਿੱਥੇ ਨਾ ਛੋਟੀਆਂ-ਛੋਟੀਆਂ ਘਰੇਣਾ ਨੇ ਘਰ ਬਣਾਏ ਹੁੰਦੇ ਨੇ ਆਪਾਂ ਮਾਂਜੇ ਦਾ ਪੁੱਠਾ ਪਾਸਾ ਲੈ ਤੇ ਉਹਨੂੰ ਖੁਰਚਣਾ ਆਰੰਭ ਕਰ ਦਿੰਨੇ ਆ ਖੁਰਚ ਕੇ ਤੇ ਉਹ ਲਾ ਦੇਣੇ ਆ ਆਪਾਂ ਨੂੰ ਲੱਗਦਾ ਵੀ ਮਿੱਟੀ ਲੱਥ ਗਈ ਤੇ ਕਾਰ ਸਾਫ ਹੋ ਗਿਆ ਉਹਨਾਂ ਵਿੱਚ ਨਾ ਛੋਟੇ-ਛੋਟੇ ਬੱਚੇ ਹੁੰਦੇ ਨੇ ਉਹ ਆਪਣੀ jaan गवा ਬੈਠਦੇ ਨੇ ਆਪਾਂ ਨੂੰ ਇਹ ਗੱਲ ਬੜੀ ਛੋਟੀ ਲੱਗਦੀ ਪਰ ਅਸਲ ਵਿੱਚ ਉਸ ਸਮੇਂ ਵੀ ਆਪਾਂ ਉਹਨਾਂ ਦੀ jaan ਲੈ ਰਹੇ ਹੁੰਨੇ ਜਦੋਂ ਮੌਸਮ ਬਦਲਦੇ ਨੇ ਜਿਸ ਥਾਂ ਕਾਰ ਬਣਾਉਂਦੇ ਨੇ ਮਿੱਟੀ ਦੇ ਤੇ ਲੈ ਚੰਗੀ ਤਰ੍ਹਾਂ ਉਹ ਥਾਂ ਤੇ ਰਗੜ ਦਿਆ ਕਰੋ ਉਥੇ ਐਵੇਂ ਫੇਰ ਘਰ ਵੀ ਨਹੀਂ ਬਣਾਉਣਗੇ ਤੇ ਤੁਹਾਡੇ ਹੱਥੋਂ ਕੋਈ ਪਾਪ ਵੀ ਨਹੀਂ ਹੋਏਗਾ ਤੁਸੀਂ ਉਸ ਤੋਂ ਵੀ ਬਚ ਜਾਓਗੇ ਮਾਂਜੇ ਦੀ ਪੁੱਠੀ ਸਾਈਡ ਕਰ ਆਪਾਂ ਖਰੋਚਣ ਲੱਗ ਜਾਈਏ ਇੱਕ ਕਦੇ ਵੀ ਨਾ ਕਰੋ ਝਾੜੂ ਫੇਰ ਕੇ ਤੇ ਉਸੇ ਸਮੇਂ ਉਹਨੂੰ ਘਰ ਲਿਆ ਕੇ ਕਦੇ ਵੀ ਨਾ ਰੱਖੋ ਉਸ ਨੂੰ ਕੁਝ ਸਮਾਂ ਧੁੱਪ ਵਿੱਚ ਜ਼ਰੂਰ ਰੱਖੋ ਘਰ ਨਾਲ ਦੇ ਨਾਲ ਜਦੋਂ ਰੱਖਦੇ ਆਂ ਐਵੇਂ ਬਿਮਾਰੀਆਂ ਨੂੰ ਆਪਾਂ ਆਪ ਨਿਉਤਾਂ ਦਿੰਨੇ ਆ ਝਾੜੂ ਲਾ ਕੇ ਕੂੜੇ ਕੋਲ ਕਦੇ ਨਾ ਰੱਖੋ कूड़ेदान ਵਿੱਚ ਜਦੋਂ ਆਪਾਂ ਕੋਈ ਚੀਜ਼ ਪਾਉਂਦੇ ਆ ਉਤੇ ਮੱਖੀਆਂ ਤੇ ਮੱਛਰ ਆ ਲੱਗਦੇ ਨੇ ਉਹ ਚੀਜ਼ਾਂ ਫਿਰ ਝਾੜੂ ਤੇ ਆ ਕੇ ਬੈਠ ਕੇ ਆਪਾਂ ਨੂੰ ਬਿਮਾਰੀਆਂ ਦੇ ਜਾਂਦੀਆਂ ਨੇ ਡਾਕਟਰਾਂ ਦੀਆਂ ਫਿਰ ਜੇਪਾਂ ਭਰਨ ਕਿ ਇਹ ਛੋਟੀਆਂ-ਛੋਟੀਆਂ ਸਾਵਧਾਨੀਆਂ ਹਮੇਸ਼ਾ ਵਰਤੋ ਕਈ ਵਾਰ ਕੀ ਹੁੰਦਾ ਹੈ ਕਿ ਕੀੜੀਆਂ ਦਾ ਭੌਂ ਨਿਕਲਣਾ ਆਰੰਭ ਹੋ ਜਾਂਦਾ ਹੈ ਆਪਣੇ ਘਰ ਆ ਜਾਂਦਾ ਆਪਾਂ ਮਾਂਜਾ ਫੜ ਤੇ ਮਾਰਨ ਲੱਗ ਜਾਂਦੇ ਕਦੇ ਵੀ ਇਹ ਗਲਤੀ ਨਾ ਕਰੋ ਮਾਂਜੇ ਨਾਲ ਇਹ ਗਲਤੀ ਭੁੱਲ ਕੇ ਮਿਨਾ ਕਰੋ ਉਸ ਸਮੇਂ ਆਪਾਂ ਆਪਣੇ ਪਾਪਾਂ ਦੇ ਖਾਤੇ ਨੂੰ ਵਧਾ ਰਹੇ ਹੁੰਨੇ ਆ ਉਹਦੇ ਵਿੱਚ ਪਾਪ ਇਕੱਠੇ ਕਰ ਰਹੇ ਹੁੰਨੇ ਜਿੱਥੇ ਇਹ ਨਿਕਲਦੀਆਂ ਨੇ ਜਿਸ ਪਾਸੇ ਨੂੰ ਓਣ ਉਸ ਪਾਸੇ ਨੂੰ ਹਲਦੀ ਦੀ ਇੱਕ ਲਾਈਨ ਪਾ ਦਿਓ ਐਵੇਂ ਉਹ ਆਪਣਾ ਥਾਂ ਛੱਡ ਕੇ ਤੇ ਬਾਹਰ ਚਲੀਆਂ ਜਾਣਗੀਆਂ ਜਦੋਂ ਮਾਂਜੇ ਨਾਲ ਹੁੰਝ ਕੇ ਤੇ ਮਾਰਦੇ ਆ ਤੇ ਉਹ ਆਪਾਂ ਆਪਣੇ ਖਾਤੇ 'ਚ ਪਾਪ ਇਕੱਠੇ ਕਰ ਰਹੇ ਹੁੰਨੇ ਹਲਦੀ ਨਾਲ ਇਹ ਉਹ ਥਾਂ ਤੋਂ ਵੀ ਚਲੀਆਂ ਜਾਣਗੀਆਂ ਤੇ ਸਰ ਪੱਵਨੀ ਆਊਗਾ ਆਪਾਂ ਆਪਣੇ ਸਿਆਣਿਆਂ ਦੇ ਮੂੰਹੋਂ ਸੁਣਿਆ ਵੀ ਕਈ ਵਾਰ ਘਰ ਵਿੱਚ ਕੋਈ ਲੜ ਪਵੇ ਤਾਂ ਕੋਲ ਬੋਕਰ ਪਈ ਹੁੰਦੀ ਆਪਾਂ ਵਗਾਤੀ ਮਾਰ ਦਿੰਦੇ ਆ ਕਹਿੰਨੇ ਆ ਵੀ ਹੁਣੇ ਮਾਂਜਾ ਇਹਨੂੰ ਲੱਗਿਆ ਤੇਨੇ ਸੁੱਕ ਜਾਏਗਾ ਇਸ ਪਿੱਛੇ ਭਾਵ ਇਹ ਹੀ ਸੀ ਕਿ ਜਦੋਂ ਆਪਾਂ ਕਿਸੇ ਨੂੰ ਮਾਂਜਾ ਮਾਰਦੇ ਆ ਨਾਲ ਤਰ੍ਹਾਂ ਤਰ੍ਹਾਂ ਦੇ ਕੀਟਾਣੂ ਤੇ ਬੈਕਟੀਰੀਆ ਹੁੰਦੇ ਨੇ ਤੇ ਵੱਜਣ ਵਾਲੇ ਨੂੰ ਉਹ ਚਿੰਬੜਦੇ ਜਿਸ ਨਾਲ ਬਿਮਾਰੀਆਂ ਹੁੰਦੀਆਂ ਤਾ ਕਰਕੇ ਕਿਹਾ ਜਾਂਦਾ ਸੀ ਕਦੇ ਕਿਸੇ ਨੂੰ ਝਾੜੂ ਨਹੀਂ ਮਾਰੀਦਾ ਜੋ ਘਾ ਝਾੜੂ ਘਰ ਵਿੱਚ ਲਾਈਏ ਉਹਨੂੰ ਨਾਲੀ ਜਾਂ ਪਾਣੀ ਵਾਲੀ ਥਾਂ ਤੇ ਕਦੀ ਵੀ ਨਾ ਲਾਓ ਇਹ ਦੋਵੇਂ ਝਾੜੂ ਵੱਖ-ਵੱਖ ਹੋਣੇ ਚਾਹੀਦੇ ਕਿਉਂਕਿ ਪਹਿਲਾਂ ਘਰ ਮਿੱਟੀ ਦੇ ਹੁੰਦੇ ਸਨ ਤੇ ਮਿੱਟੀ ਕਈ ਗੁਣਾ ਨਾਲ ਭਰੀ ਹੁੰਦੀ ਸੀ ਰੋਗ ਘਟ ਲੱਗਦੇ ਸੀ ਪਰ ਅੱਜ ਕੱਲ ਸਮਾਜ ਤੇ ਮਾਹੌਲ ਬਦਲ ਗਿਆ ਇਸ ਲਈ ਘਰ ਵਿੱਚ ਹਫ਼ਤੇ ਵਿੱਚ ਇੱਕ ਵਾਰ ਲੂਣ ਪਾ ਪੋਚਾ ਜ਼ਰੂਰ ਲਗਾਓ ਘਰ ਸ਼ੋਧ ਤੇ ਸਾਫ਼ ਰਹੇਗਾ ਤੇ ਕੀਟਾਣੂ ਤੇ ਬਿਮਾਰੀਆਂ ਤੋਂ ਵੀ ਰਹਿਤ ਰਹੇਗਾ ਜੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਦਾ ਉਸ ਦੇ ਘਰ ਹਮੇਸ਼ਾ ਬਰਕਤ ਦਾ वास ਹੁੰਦਾ ਹੈ